ਪਟਿਆਲਾ ਦੇ ਸੈਮ 1 ਦੇ ਜੋ ਪਿਛਲੇ ਸਾਲ ਦੇ ਪੇਪਰ ਨੇ ਹਾਲਾਂਕਿ ਪੂਰੀ ਤਰ੍ਹਾਂ ਆਰਗੇਨਾਈਜ਼ ਨਹੀਂ ਮਿਲੇ ਜਿੰਨੇ ਪੇਪਰ ਮਿਲੇ ਆ ਤੁਹਾਡੇ ਸਾਹਮਣੇ ਪੇਸ਼ ਕਰਿਆ ਹਾਂ ਇਹਨਾਂ ਦੇ ਵਿੱਚ ਇੱਕ ਗੱਲ ਦਾ ਖਿਆਲ ਰੱਖਣ ਦੀ ਜ਼ਰੂਰਤ ਹੋਈ ਕਿ ਜਦੋਂ ਤੁਸੀਂ ਦੇਖਣਾ ਹੈ ਕਿ ਪੈਟਰਨ ਚੇਂਜ ਹੋ ਚੁੱਕਾ ਹੈ ਇਸ ਸਾਲ ਦਾ ਪੈਟਰਨ ਹੈ ਉਹ ਪਹਿਲਾਂ ਸਮਝ ਲੈਣਾ ਚਾਹੀਦਾ ਹੈ ਹਾਂ ਬਾਕੀ ਜੋ ਕੁਐਸਚਨ ਦੀ ਨੇਚਰ ਹੈ ਕੁਐਸਚਨ ਉਸ ਇਸੇ ਤਰ੍ਹਾਂ ਦੇ ਹੀ ਆਉਂਦੇ ਹਨ ਜਿਹੜਾ 70 ਮਾਰਕਸ ਦਾ ਹੋਏਗਾ ਪੇਪਰ ਵੱਡਾ ਹੋਏਗਾ ਉਸ ਦੇ ਵਿੱਚ ਸੈਕਸ਼ਨ ਏ ਹੋਏਗਾ ਇਹਦੇ ਵਿੱਚ 1 2 3 4 ਔਰ ਸੈਕਸ਼ਨ ਬੀ ਹੋਏਗਾ 1 2 3 4 ਹੈ ਨਾ ਔਰ ਸੈਕਸ਼ਨ ਸੀ ਹੋਏਗਾ ਇਹਦੇ ਵਿੱਚ 11 ਕੁਐਸਚਨ ਹੋਣਗੇ ਛੋਟੇ ਛੋਟੇ ਕੁਐਸਚਨ 2 2 ਮਾਰਕਸ ਦੇ 11 2 ਸੋ ਇਹਦੇ ਵਿੱਚੋਂ ਤੁਸੀਂ ਏ ਤੇ ਬੀ ਦੋ ਕਰਨੇ ਹੋਣਗੇ ਦੋ ਕੁਐਸਚਨ ਕਰਨੇ ਆ ਕੋਈ ਮਤਲਬ 12 ਅ ਗੁਣਾ 2 ਇਹ ਹੋ ਗਏ ਓਕੇ ਇਹਦੇ ਵਿੱਚੋਂ ਵੀ 12 ਅ ਨੰਬਰ ਦਾ ਕੁਐਸਚਨ ਹੈ ਔਰ ਤੁਸੀਂ ਦੋ ਕੁਐਸਚਨ ਕਰਨੇ ਆ ਔਰ ਇਹ ਹੋ ਗਏ a 12 ਦੁਨਾ 24 ਔਰ ab 24 ਔਰ a ਬਣ ਗਏ 48 ਹੈ ਨਾ 48 a ਕਿਨੇ ਬਣ ਗਏ 2 ਔਰ b ਇਹਦੇ ਵਿੱਚ ਪਲੱਸ ਕੀਤੇ ਤੇ ਇਹ ਬਣ ਕੇ ਇੱਥੇ 22 ਲਿਖ ਦਿਨਾ ਹੈ 22 ਬਣ ਕੇ ਇਹ ਹੋ ਗਏ ਤੁਹਾਡੇ ਟੋਟਲ 70 ਮਾਰਕਸ ਇਹ ਪੈਟਰਨ ਹੋਏਗਾ ਤੁਹਾਡਾ ਅ ਸੈਕਸ਼ਨ A B C A ਤੇ B ਦੇ ਵਿੱਚੋਂ ਚਾਰ ਕੁਐਸਚਨਾਂ 'ਚੋਂ ਦੋ ਕਰਨੇ ਆ ਚਾਰ ਕੁਐਸਚਨਾਂ 'ਚੋਂ ਦੋ ਕਰਨੇ ਆ B 'ਚੋਂ C ਸਾਰਾ ਕੰਪਲਸਰੀ ਹੈ ਅ ਤੇ ਇਹ ਸਾਰੇ ਦੋ-ਦੋ ਮਾਰਕਸ ਦੇ ਕੁਐਸਚਨ ਹੋਣਗੇ ਹੁਣ ਪਿਛਲੇ ਪੇਪਰ ਅਸੀਂ ਦੇਖਦੇ ਹਾਂ ਜਿਨ੍ਹਾਂ ਵਿੱਚ ਤੁਹਾਨੂੰ ਪਹਿਲਾਂ ਪੁਰਾਣੇ ਪੈਟਰਨ 'ਚ A C ਇਹ 20 ਮਾਰਕਸ ਦੇ ਲੇਕਿਨ ਹੁਣ ਪਿੱਛੇ ਨਹੀਂ ਰਿਹਾ ਸੀ ਅੱਛਾ ਜੇ ਜਦੋਂ ਇਹ 70 ਕੱਟ ਕੇ ਮੰਨ ਲਓ ਛੋਟੇ ਪੇਪਰ ਨੇ 1.5 ਘੰਟੇ ਵਾਲੇ ਹੈ 35 ਮਾਰਕਸ ਦਾ ਹੈ ਤਾਂ ਇਹਦੇ ਵਿੱਚ ਇਹ ਚਾਰ ਦੀ ਜਗ੍ਹਾ ਤੇ ਦੋ ਕੁਐਸਚਨ ਪਾਈ ਜਾਣਗੇ ਉਹਦੇ ਚੋਂ ਤੁਸੀਂ ਇੱਕ ਕਰਨਾ ਹੈ 12 ਮਾਰਕਸ ਦਾ ਇਸੇ ਤਰ੍ਹਾਂ ਬੀ ਸੈਕਸ਼ਨ ਚ ਦੋ ਕੁਐਸਚਨ ਪਾਈ ਜਾਣਗੇ ਉਹਨਾਂ ਚੋਂ 12 ਮਾਰਕਸ ਦਾ ਇੱਕ ਕਰਨਾ ਹੈ ਇਹ 12 ਉਹਨਾਂ 24 ਇਹ ਹੋ ਗਏ ਹੈ ਨਾ ਇੱਥੇ ਲਿਖ ਦਿੰਨੇ ਆ 24 ਹੁਣ ਛੋਟੇ ਜਿਹੜੇ ਨੇ ਉਹ 5 ਮਾਰਕਸ ਦੇ ਪੈਣਗੇ ਜਿਹੜੇ ਹੈ 2-2 ਮਾਰਕਸ ਦੇ 5 ਕੁਐਸਚਨ 2-2 ਮਾਰਕਸ ਦੇ ਇਹ ਹੋ ਗਏ ਇਹ 10 ਮਾਰਕਸ ਸੋ 24 10 ਇਹ ਹੋ ਗਿਆ ਟੋਟਲ 34 ਮਾਰਕਸ ਕਿੰਨੇ ਦੇ ਹੋਣੇ ਚਾਹੀਦੇ ਸੀ थर्टी फाइव दे सो so, एक क्वेश्चन आएगा तुम्हें ओबजेक्टिव टाइप वो एम सी क्यू भी हो सकता शॉर्ट आंसर वन वर्ड आंसर है ना ऑबजेक्टिव टाइप लिखा है तो एक होएगा सो so, यैटर्न है इस तुम समझ लाइना है और हाँ पेपर जेड है पेपर नी देख लीए पाँ मेरे को पेपर है थोड़ा साइकोलॉजीकल प्रस्पैक्टिव इन एजुकेशन थोड़ा लाइट है जिन्होंने भी भेजा है थोड़ा हल्का ਪੇਜ ਦਿੱਤਾ ਹੈ ਸੋ ਇਹ ਇਹ ਪਿਛਲਾ ਪੈਟਰਨ ਹੈ ਅ ਮੇਰੇ ਖਿਆਲ ਚ ਇਹ ਪੈਟਰਨ ਹੁਣ ਹੁਣ ਇਹ ਪੈਟਰਨ ਨਹੀਂ ਹੋਏਗਾ ਕਿ ਇਹ 10 ਮਾਰਕਸ ਦੇ ਕੁਐਸਚਨ ਹੁੰਦੇ ਸੀ ਠੀਕ ਹੈ ਅ ਏ ਤੇ ਬੀ ਦੇ 10-10 ਮਾਰਕਸ ਦੇ ਹੁੰਦੇ ਸੀ 40 ਬਣ ਜਾਂਦਾ ਸੀ ਔਰ ਸੀ ਸੈਕਸ਼ਨ ਵਿੱਚ 10 ਸ਼ਾਰਟ ਆਂਸਰ ਟਾਈਪ ਹੁੰਦੇ ਸੀ ਜਿਹੜੇ 3 ਮਾਰਕਸ ਦੇ ਹੁੰਦੇ ਸੀ ਹੁਣ 2 ਮਾਰਕਸ ਦੇ ਹੋ ਗਏ ਹੈ ਔਰ ਇਹ 10 ਦੇ 12 ਮਾਰਕਸ ਦਾ ਹੋ ਗਿਆ ਹੈ ਇਹ ਚੇਂਜ ਹੈ ਸੋ ਪਹਿਲਾ ਪੇਪਰ ਹੈ ਸੈਕਸ਼ਨ A ਡਿਸਕਸ ਦੀ ਕਨਸੈਪਟ ਨੇਚਰ ਐਂਡ ਸਕੋਪ ਆਫ ਐਜੂਕੇਸ਼ਨਲ ਸਾਈਕੋਲੋਜੀ ਦੂਸਰਾ ਹੈ ਡਿਫਰੈਂਸ਼ੀਏਟ ਬਿਟਵੀਨ ਗ੍ਰੋਥ ਐਂਡ ਡਿਵੈਲਪਮੈਂਟ ਆਲਸੋ ਡਿਸਕਸ ਪ੍ਰਿੰਸੀਪਲ ਆਫ ਗ੍ਰੋਥ ਐਂਡ ਡਿਵੈਲਪਮੈਂਟ ਤੀਸਰਾ ਕੁਐਸਚਨ ਹੈ ਐਡੋਲਸੈਂਟ ਇਜ਼ ਅ ਪੀਰੀਅਡ ਆਫ ਸਟੈਸ ਐਂਡ ਸਟੇਨ ਸਟਾਰਮ ਐਂਡ ਸਟ੍ਰਾਈਕ ਕਮੈਂਟ ਅਪਨ ਦਾ ਸਟੇਟਮੈਂਟ ਨਾਰਮਲੀ ਸਟੈਨਲੇ ਹਾਲ ਦੀ ਇਕੁਏਸ਼ਨ ਬਹੁਤ ਜ਼ਿਆਦਾ ਰਿਪੀਟ ਹੁੰਦੀ ਹੈ ਹਰ ਬੀਆਰਡ ਦੇ ਪੇਪਰ ਜਿਹੜੇ ਸਾਈਕੋਲੋਜੀ ਦਾ ਹੈ ਕਿਸੇ ਵੀ ਯੂਨੀਵਰਸਿਟੀ ਦਾ ਇਹੋ ਜਿਹਾ ਆਮ ਕੁਐਸਚਨ ਪਾਇਆ ਜਾਂਦਾ ਹੈ ਇਹਦੇ ਵਿੱਚ ਤੁਸੀਂ ਇਸ ਪੀਰੀਅਡ ਦੇ ਉਹ ਕੈਰੈਕਟਿਸਟਿਕਸ ਡਿਸਕਸ ਕਰ ਸਕਦੇ ਜਿਹੜੇ ਸਟ्रेसਫੁੱਲ ਇੰਡੀਕੇਸ਼ਨ ਕਰਦੇ ਹਨ ਪਰ ਬਾਅਦ ਚ ਦੱਸਣਾ ਹੁੰਦਾ ਹੈ ਕਿ ਜਿਹੜਾ ਅਡੋਲਸੈਂਟ ਪੀਰੀਅਡ ਆਫ ਸਟ्रेस ਐਂਡ ਸਟ੍ਰੇਨ ਸਟਾਰਮ ਐਂਡ ਸਟਾਈਫ ਹੈ ਇਹ ਕਾਰਨ এনवायरमेंट ਬਣਦਾ ਹੈ ਜੇ ਸਟ्रेसਫੁੱਲ এনवायरमेंट ਹੈ ਬੱਚੇ ਦੀ ਉਸ ਨੂੰ ਸੈਟੀਸਫੈਕਸ਼ਨ ਕਟ ਮਿਲਦੀ ਹੈ ਉਸ ਨੂੰ ਜਿਹੜੇ ਬਾਇਓਲੋਜੀਕਲ ਚੇਂਜ ਆਉਂਦੇ ਉਹਦੀ ਇਨਫੋਰਮੇਸ਼ਨ ਨਹੀਂ ਮਿਲਦੀ ਸਿਕਸ ਚੇਂजेस ਆਉਂਦੇ ਹੈ ਉਹਦੇ ਓਕਿਊਪੇਸ਼ਨਲ ਗਾਈਡੈਂਸ ਨਹੀਂ ਮਿਲਦੀ ਤਾਂ ਸਟ्रेस ਵੱਧਦਾ ਹੈ ਐਕਚੁਅਲ ਆਨਸਰ ਇਹਦਾ ਇਹ ਬਣਦਾ ਹੈ ਲਾਸਟ ਕਨਕਲੂਡ ਇਸ ਤਰ੍ਹਾਂ ਕਰਨਾ ਹੈ ਡਿਸਕਸ ਦਾ ਰੋਲ ਆਫ ਫੈਮਿਲੀ ਸਕੂਲ ਐਂਡ ਮਾਸ ਮੀਡੀਆ ਇਨ ਡਿਵੈਲਪਮੈਂਟ ਆਫ ਅਡੋਲਸੈਂਟ ਸਾਰਾ ਕੁਝ ਇਕੱਠਾ ਪਾ ਲੈਂਦੇ ਆ ਸੈਕਸ਼ਨ ਬੀ ਐਕਸਪਲੇਨ ਦਾ ਕੋਜ਼ ਆਫ ਇੰਡੀਵਿਜੂਅਲ ਡਿਫਰੈਂਸਿਸ ਡਿਸਕਸ ਦਾ जेंडरज थ्यूरी ऑफ गार्डनर्स थ्यूरी ऑफ इंटेलिजेंस ये अलग क्वेश्चन है नंबर एक नंबर दो ए गार्डनर्स थ्यूरी ऑफ मल्टीपल इंटेलिजेंस, नेक्स्ट है डिस्क्राइब डिफरेंट फैक्टर अफेक्टिंग लर्निंग ऑफ एन इंडिविजुअल काफ़ी फैक्टर ने डिस्कस डिस्कस द डिफरेंट टैक्नीकस ऑफ मोटिवेटिंग एन इंडिविजुअल इतने इंडिविजुअल लिखा है लर्नर आना चाहिए सैक्शन सी है इंपॉर्टेंस ऑफ एजुकेशनल सैकोलॉजी इस तरह दो मार्क्स के हो गए इसलिए यह लाहेवंद है मीनिंग ऑफ हैरिटी करैक्ट्रिस्टिकस ऑफ सोशल डिवेलपमेंट ऑफ अडोलसेंट रोल ऑफ डिफरेंट कल्चर इन डेवेलपमेंट ऑफ अडोलसेंट इंट्रा इंडिविजुअल डिफरेंसिज कंसैप्ट इंटैलीजेंस यूज ऑफ इंटेलीजेंस टेस्ट ट्रायल एंड एरर थ्यूरी ऑफ लर्निंग एक्सटेंसिक मोटिवेन हु आर गिफ्टिड स्टूडेंट्स ਸੋ ਇਹ ਕੁਐਸਚਨ ਪੇਪਰ ਸੀ ਸਾਈਕੋਲੋਜੀ ਦਾ ਸੈਕੰਡ ਹੈ ਟੀਚਿੰਗ ਲਰਨਿੰਗ ਪ੍ਰੋਸੈਸ ਦਾ ਟੀਚਿੰਗ ਲਰਨਿੰਗ ਪ੍ਰੋਸੈਸ ਦਾ ਵੀ ਸੇਮ ਪੈਟਰਨ ਹੋਏਗਾ 70 ਮਾਰਕਸ ਦਾ ਹੈ 3 ਘੰਟੇ ਦਾ ਪੇਪਰ ਹੈ ਪਿਛਲਾ ਪੇਪਰ ਵੀ ਔਰ ਫਲਸਫੀਕਲ ਬੇਸਿਸ ਦਾ ਪੇਪਰ ਵੀ ਇਸੇ ਤਰ੍ਹਾਂ 70 ਬੰਕ mark, 70 ਮਾਰਕਸ ਦਾ ਹੋਏਗਾ ਸੋ ਇਹ 10 ਮਾਰਕਸ ਦੇ ਪੁਰਾਣਾ ਪੈਟਰਨ ਹੈ ਫਿਰ ਦੱਸ ਦਿਆਂ ਮੈਂ ये uh, बारह मार्क्स के हो चुके हैं चार क्वेश्चन करने हैं और ये दस शॉर्ट आंसर है ना ये यारह क्वेश्चन करने हैं दो दो मार्क्स के हैं बी मार्क्स के हो गए सो क्वेश्चन सबको पहला है सैक्शन ए डिस्कस द रिलेशनशिप बिटवीन टीचिंग एंड लर्निंग दूसरा क्वेश्चन है एक्सप्लेन द वेरियस मैगजिमस ऑफ टीचिंग इलस्ट्रेट विद हेल्प ऑफ रेलिवेंट एग्जाम्पल एक्सप्लेन द कंसैप्ट ऑफ कंस्ट्रक्टिविज्म इन रिलेशन टू टीचर Uh, explain integrated and thematic planning of uh, teaching of uh, academic learning uh, section b here, discuss the uh, implication of teaching styles for the classroom teaching uh, explain the need of organization or learning environment uh, next here, discuss the exposition method to teach concept uh, concepts uh, discuss the ways to teach concepts in diverse classroom. सेक्शन सी है शॉर्ट आंसर है नेचर ऑफ टीचिंग नंबर दो जनरल प्रिंसिपल ऑफ टीचिंग कोगनेटिविज़म कोगनेटिविजम मैमरी मॉडल के बेस से एक्सप्लेन करते हैं कोगनेटिविज़म यही कहता है इतने थोड़ा जहा दस देना कि साड़ी शॉर्ट टर्म मैमरी है ये इनपुट हो गई शॉर्ट टर्म मैमरी और ए लॉन्ग टर्म मैमरी ए सेंसरी मैमरी है ना ਇਥੋਂ ਚੀਜ਼ ਲੌਂਗ ਟਰਮ ਮੈਮਰੀ 'ਚ ਪਹੁੰਚਦੀ ਹੈ ਇਹ ਸੌਰੀ ਇਥੋਂ ਹੋ ਕੇ ਚੀਜ਼ ਇੱਥੇ ਲੌਂਗ ਟਰਮ ਮੈਮਰੀ 'ਚ ਪਹੁੰਚਦੀ ਹੈ ਤਾਂ ਲੌਂਗ ਟਰਮ ਮੈਮਰੀ 'ਚ ਰਿਟੇਨ ਅਸੀਂ ਕਿਸ ਤਰ੍ਹਾਂ ਚੀਜ਼ਾਂ ਰੱਖ ਸਕਦੇ ਹਾਂ ਔਰ ਵਾਪਸ ਕਿਸ ਤਰ੍ਹਾਂ ਸ਼ਾਰਟ ਜਿਹੜਾ ਇਮੀਡੀਏਟ ਮੈਮਰੀ ਹੈ ਸਾਡੀ ਜੀ ਉਹਦੇ ਵਿੱਚ ਕਿਸ-ਕਿਸ ਤਰ੍ਹਾਂ ਅਸੀਂ ਲੈ ਕੇ ਆ ਸਕਦੇ ਹਾਂ ਸੋ ਕognitivism ਮੈਮਰੀ ਮਾਡਲ ਤੇ ਬੀਸਡ ਹੈ ਇਹ ਮੈਮਰੀ ਮਾਡਲ ਕੁਝ ਨਹੀਂ ਕਹਿੰਦਾ ਐਨੀ ਗੱਲ ਹੈ ਇਨਫੋਰਮੇਸ਼ਨ ਨੂੰ ਰਿਟੇਨ ਕਿਦਾਂ ਰੱਖਣਾ ਹੈ ਤੇ ਅੰਦਰ ਦਿਮਾਗ ਦੇ ਕਿੱਦਾਂ ਰੱਖਣਾ ਹੈ ਔਰ ਬਾਹਰ ਕਿਸ ਤਰ੍ਹਾਂ ਕੱਢਣਾ ਹੈ ਫਲੈਕਸਿਵਲ ਪਲੈਨਿੰਗ ਆਫ ਟੀਚਿੰਗ ਨੈਕਸਟ ਹੈ ਬਿਹੇਵੀਅਰਿਜ਼ਮ ਇਨ ਰਿਲੇਸ਼ਨ ਟੂ ਲਰਨਰ ਸਟਿਮੂਲਸ ਰਿਸਪਾਂਸ ਦੀ ਗੱਲ ਕਰੋਗੇ ਇੰਟੀਗ੍ਰੇਟਿਡ ਪਲੈਨਿੰਗ ਨੈਕਸਟ ਹੈ ਮੀਨਿੰਗ ਆਫ ਲਰਨਿੰਗ ਸਟਾਈਲਸ 3 ਲਰਨਿੰਗ ਸਟਾਈਲਸ ਨਾਰਮਲੀ ਪਰਸਪੈਕਸ਼ਨ ਬੇਸਡ ਹੁੰਦੇ ਹਨ ਇਸ ਨੂੰ ਵਾਕ ਵੀ ਕਹਿ ਦਿੱਤਾ ਜਾਂਦਾ ਹੈ ਵਾਕ ਵਿਜ਼ੂਅਲ ਆਡੀਟਰੀ ਕਿਨਸਥੈਟਿਕ ਹੈ ਨਾ ਸੋ ਇਹਨਾਂ ਦੀ ਗੱਲ ਕਰ ਸਕਦੇ ਹੋ ਲੇਕਿਨ ਕਾਪ ਦੇ ਮਾਡਲ ਵਿੱਚ ਚਾਰ ਲਰਨਿੰਗ ਸਟਾਈਲ ਹੈ ਵੱਖਰੇ ਨੇ मीनिंग ਆਫ ਲਰਨਿੰਗ ਐਂਡ এনवायरमेंट process of planning spaces for learning ਇੰਪਲੀਕੇਸ਼ਨ ਆਫ ਲਰਨਿੰਗ ਸਟਾਈਲਸ ਇਨ ਕਲਾਸਰੂਮ ਸੋ ਇਹ ਸੈਕੰਡ ਪੇਪਰ ਹੋ ਗਿਆ ਨੈਕਸਟ ਪੇਪਰ ਸਾਡੇ ਕੋਲ ਦੇਖਦੇ ਆ ਕਿਹੜੇ ਹੈ ਥੋੜੇ ਜੇ ਏ ਟੀਚਿੰਗ ਆਫ ਕਮਰਸ ਦਾ ਪੇਪਰ ਹੈ Breathe comprehensive variety and extent of learning experience are to be provided through program of teaching. Discuss and comment uh, in context of com commerce. Next, hai, give the critical appraisal of plus two accountancy with the help of suggestions. B part hai. दोवे चो एक करना है डिस्कस द नॉन प्रोजेक्टिव एड्स चार्ट ग्राफ्स इन योर ओपीनियन वट इज द रोल ऑफ मैटाकॉग्शन इन योर पॉइंट ऑफ व्यू वट इज द रोल ऑफ इंटीग्रेशन इन टीचिंग लर्निंग प्रोसेस वाइल टीचिंग कॉमर्स सब्जेक्ट डिस्कस छोटे इकनॉमिकस का है शुक्र है साफ है सो ए पैटर्न नहीं होएगा पैटर्न नवे वाला होएगा की है नवे वाला पैटर्न के दो चो एक दो चो एक और पांच क्वेश्चन दो मार्क्स से एक ऑब्जेक्टिव टाइप होएगा सेक्शन ए है डिस्कस द नेचर एंड स्कोप ऑफ इकोनॉमिक्स दूसरा है डिस्कस ब्रीफली इंटीग्रेटेड डिसिप्लिन अप्रोच प्रॉब्लम सॉल्विंग अप्रोच संक्षेप नोट है आ गया जी uh, ਇਹ ਤੁਸੀਂ ਪੰਜਾਬੀ ਵਿੱਚ ਦੇਖ ਸਕਦੇ ਹੋ ਇਸ ਤਰ੍ਹਾਂ ਸੰਖੇਪ ਨੋਟ ਜਿਹੜੇ ਆਉਣੇ ਆ ਮੇਰੇ ਖਿਆਲ ਦੋ ਦੋ ਮਾਰਕਸ ਦੇ ਜਿਹੜੇ ਭਾਗ ਸੀ ਆ ਗਿਆ ਹੈ ਸੋ ਦੇਖਣੇ ਪੈਣਗੇ ਕਿਉਂਕਿ ਉਹ ਇੰਗਲਿਸ਼ ਵਿੱਚ ਹੈ ਪੰਜਾਬੀ ਚ ਆ ਗਿਆ ਹੈ ਪੇਪਰ ਅਰਥ ਸ਼ਾਸਤਰ ਦੇ ਉਦੇਸ਼ ਪਾਠਕ੍ਰਮ ਰਚਨਾ ਦੇ ਨਿਯਮ ਨਿਰੰਤਰ ਚੱਲਦਾ ਰਹਿਣ ਵਾਲਾ ਵਿਕਾਸ ਅਰਥ ਸ਼ਾਸਤਰ ਕਲੱਬ ਵਿਸ਼ੇ ਨਾਲ ਸੰਬੰਧਿਤ ਪਹੁੰਚ ਸਬਜੈਕਟ ਰਿਲੇਟਡ ਅ ਪਹੁੰਚ ਔਰ ਇਹ ਵਾਟ ਇਜ਼ ਦੀ ਨੀਡ ਆਫ ਟੈਕਸਟ ਬੁੱਕ ਇਸ ਨੂੰ ਵੱਡਾ ਇਕਨੋਮਿਕਸ ਦਾ ਇਹ ਆ ਵੀ ਡਰਨਾ ਮਨਾ ਹੈ ਜਿਨ੍ਹਾਂ ਨੇ ਵੀ ਭੇਜਿਆ ਇਹ ਉਹਨਾਂ ਦੀ ਥੈਂਕਸ ਅਨਦਰ ਭੇਜਿਆ ਹੈ ਵਾਟ ਇਜ਼ ਦੀ ਨੀਡ ਆਫ ਟੈਕਸਟ ਬੁੱਕ ਆਫ ਇਕਨੋਮਿਕਸ ਵਟ ਵਿਲ ਯੂਅਰ कंसिडर वाइल इवेलुएटिंग द बुक ऑफ इकनॉमिक्स की कंसिडर करोगे किाइटीरिया के बेस से इकनॉमिक्स की बुक न करोगे इवेलुएट डिफाइन प्रोफेसनल ग्रोथ वट इज इट्स रोल टू मेक टीचर मोर एफिशियंट इन टीचिंग इकनॉमिक्स सैक्शन सी राइट नोट ऑबजेक्टिवज ऑफ इकनॉमिक्स प्रिंसिपल ऑफ करिकुलम कंसट्रक्शन सस्टेनेबल डिवेलपमेंट इकनॉमिक्स क्लब टॉपिकल अप्रोच सो ये छोटे क्वेश्चन सी नेक्स्ट चलਦੇ ਆ ਅੱਗੇ ਦੇਖਦੇ ਆ ਕੀ ਜਾਦੂ ਦੇ ਪਟਾਰੇ ਚ ਨਿਕਲਦਾ ਹੈ ਕੁਝ ਅੰਗਰੇਜ਼ੀ ਦਾ ਅਧਿਆਪਨ ਆ ਗਿਆ ਵੀ ਪੰਜਾਬੀ ਵਿੱਚ ਅੰਗਰੇਜ਼ੀ ਦਾ ਅਧਿਆਪਨ ਆਈ ਆ ਓਕੇ ਸੈਕਸ਼ਨ A ਹੈ ਐਕਸਪਲੇਨ ਦਾ मीनिंग ऑफ टर्म ਹੋਮ ਲੈਂਗੁਏਜ ਡ੍ਰੈਲ ਅਪਨ ਦਾ ਰੋਲ ਆਫ ਹੋਮ ਲੈਂਗੁਏਜ ਇਨ ਲਰਨਿੰਗ ਆਫ ਦਾ ਫੋਰਨ ਲੈਂਗੁਏਜ Uh, next, i discuss the structural approach in teaching english language in indian context, draw out the strengths and limitation. b section of what is <coughs> meant by speaking skill, explain the way of development speaking skill among <coughs> english language learner. Uh, next, has adikul. is section, c, isunthu okay. डेफिनेशन ऑफ कॉमर्स मेरे ख्याल ए कॉमर्स वाला आ गया टीचिंग ऑफ इंग्लिश का डिस्कस द नेचर एंड इम्पोर्टेंस ऑफ लैंग्वेज। इज टूट द बेसिक लिंग्विस्टिक प्रिंसिपल दूसरा है इंग्लिश का देख सकते हो एक्सप्लेन द कंसेप्ट ऑफ कम्युनिकेटिव अप्रोच एंड गिव ए डिटेल्ड अकाउंट ऑफ दिस टीचिंग मैथड Uh, elaborate the importance and method of reading. Discuss uh, the meaning, <coughs> advantage, limitation, and steps of a deductive method of a grammar teaching. Uh, elaborate the use of audiovisual aid in English. Uh, describe the s uh, suitable method of teaching grammar to the learner. Site example uh, while answering the question. Uh, C section hai. ਸਿਚੁਏਸ਼ਨਲ ਕਨਜ਼ਰਵੇਸ਼ਨ ਕਨਵਰਸੇਸ਼ਨ ਐਜ਼ ਏ ਪ੍ਰੈਜੈਂਟੇਸ਼ਨ ਸਕਿੱਲ ਨੇਚਰ ਆਫ ਲੈਂਗੁਏਜ ਮੀਨਿੰਗ ਆਫ ਰੀਡਿੰਗ ਫਾਰ ਕੰਪਰੀਹੈਂਸ਼ਨ ਯੂਜ਼ ਆਫ ਡਿਕਸ਼ਨਰੀ ਐਜ਼ ਅ ਸੋਰਸ ਆਫ ਲਰਨਿੰਗ ਲੈਂਗੁਏਜ ਔਰ ਮੈਰਿਟਸ ਆਫ ਟ੍ਰਾਂਸਲੇਸ਼ਨ ਮੈਥਡ ਇਜ਼ ਇਹ ਕੀ ਆ ਗਿਆ ਮੇਰੇ ਖਿਆਲ A teaching of political science the hai chari question miracle punche discuss the aims and objective of teaching of political science at secondary level. What do you mean by curriculum? Describe the principles. Organize a curriculum of political science. Explain the meaning and steps involved in project method in teaching of political science. Also discuss the merits and demerits. Uh, what is the importance of audiovisual aid in teaching political science? Write down use of chalkboard and charts ਸੋ ਸੋ ਵੈਰੀ ਸੌਰੀ ਫ্রম ਪੰਜਾਬੀ ਯੂਨੀਵਰਸਿਟੀ ਪਟਿਆਲਾ 10 ਇਅਰ ਪੇਪਰ ਇਹ ਕੇ ਨਈ ਪੂਰੇ ਆਰਗੇਨਾਈਜ਼ਡ ਰੂਪ ਵਿੱਚ ਮੈਂ ਰੱਖ ਸਕਿਆ ਮੈਂ ਬੜੀ ਕੋਸ਼ਿਸ਼ ਕੀਤੀ ਬੜੇ ਕਾਲਜਾਂ ਨੂੰ ਫੋਨ ਕੀਤੇ ਲੇਕਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿੰਨੇ ਕਾਲਜਾਂ ਨੂੰ ਮੈਂ ਅਪਰੋਚ ਕੀਤੀ ਹੈ ਉਹਨਾਂ ਨੇ ਸਾਥ ਇਸ ਤਰ੍ਹਾਂ ਦਾ ਦਿੱਤਾ ਹੈ ਸੋ ਉਹ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਸੋ ਥੈਂਕ ਯੂ ਕੋਈ ਕੁਐਸਚਨ ਹੋਵੇ ਪੁੱਛ ਸਕਦੇ ਹਾਂ ਕੋਸ਼ਿਸ਼ ਕਰਾਂਗਾ ਕਿ ਇਸ ਨੂੰ ਆਰਗੇਨਾਈਜ਼ਡ ਢੰਗ ਨਾਲ ਦੁਬਾਰਾ ਤੋਂ ਜਦੋਂ ਪੇਪਰ ਮਿਲ ਜਾਂਦੇ ਨੇ ਉਹ ਤੁਹਾਡੇ ਸਾਹਮਣੇ ਰੱਖ ਸਕਦਾ ਥੈਂਕ ਯੂ